ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਅਜੀਤ ਰੋਡ ਘੋੜੇ ਵਾਲਾ ਚੌਂਕ ਦੇ ਵਿੱਚ, ਜਿੱਥੇ ਕਿ ਇੱਕ ਆਈਲੈਟ ਸੈਂਟਰ ਵੱਲੋਂ ਠੱਗੀ ਦਾ ਮਾਮਲਾ ਸਾਹਮਣੇ ਆਇਆ ਅਤੇ ਜਿਸ ਦੇ ਖਿਲਾਫ ਉਗਰਾਹ ਗਰੁੱਪ ਦੇ ਕਿਸਾਨ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ। ਆਓ ਦੇਖਦੇ ਹਾਂ ਕੀ ਹੈ ਮਸਲਾ। ਕਰਦੇ ਹਾਂ ਪੱਤਰਕਾਰਾਂ ਦਾ ਜਿਹੜੇ ਸਾਡੇ ਬਿਨਾਂ ਸੁਨੇਹੇ ਤੋਂ ਇੱਥੇ ਪਹੁੰਚੇ। ਅਸੀਂ ਕਿਉਂਕਿ ਬਰਨਾਲੇ ਜ਼ਿਲ੍ਹੇ 'ਚੋਂ ਆਏ, ਅਸੀਂ ਆਪਣਾ ਰਾਬਤਾ ਕਰਨਾ ਚਾਹੁੰਦੇ ਸੀ। ਚੱਲ ਤੁਸੀਂ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਏ ਹੋ, ਤੁਸੀਂ ਆਪਦਾ ਫਰਜ਼ ਸਾਹਮਣੇ ਹੈ। ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ। ਅੱਜ ਅਸੀਂ ਚੌਂਕ ਜਾਮ ਕੀਤਾ ਲਗਾਤਾਰ 27 ਦਿਨਾਂ ਤੋਂ। 27 ਤਰੀਕ ਤੋਂ ਪਹਿਲਾਂ ਅਸੀਂ ਲਗਾਤਾਰ ਉਹਨਾਂ ਦੇ AVM ਵਾਲਿਆਂ ਦੇ ਬਾਰ 'ਚ ਬੈਠੇ ਹਾਂ। ਅੱਜ ਸਾਨੂੰ ਮਜਬੂਰਨ ਐਲਾਨ ਕਰਨਾ ਪੈ ਗਿਆ। ਕਿਉਂ ਕਰਨਾ ਪੈ ਗਿਆ? ਕਿਉਂਕਿ ਸ਼ੇਰਪੁਰ ਬਲਾਕ ਦੇ ਪਿੰਡ ਬੜੀ ਦਾ 17 ਲੱਖ ਦੀ ਠੱਗੀ ਮਾਰੀ ਆ ਸਾਡੇ ਗੁਰਵੀਰ ਸਿੰਘ ਨਾਲ। ਬਰਨਾਲਾ ਬਲਾਕ ਦੇ ਧੂਰਕੋਟ ਦੇ 2 ਬੱਚਿਆਂ ਨਾਲ 5.5 ਲੱਖ ਦੀ ਠੱਗੀ ਅਤੇ 7.5-7 ਲੱਖ ਦੀ ਠੱਗੀ ਵਿਦੇਸ਼ ਭੇਜਣ 'ਤੇ ਇਹਨਾਂ ਨੇ ਮਾਰੀ ਹੋਈ ਹੈ। ਸੋ ਇਹ ਲਗਾਤਾਰ ਟਾਲਮ ਟੋਲ ਕਰ ਰਹੇ ਨੇ, ਦਫ਼ਤਰ ਛੱਡ ਕੇ ਭੱਜੇ ਹੋਏ ਨੇ। ਅਸੀਂ ਜਿਹੜਾ ਭਗਵੰਤ ਮਾਨ ਸਰਕਾਰ ਜਿਹੜੀ ਭਗਤ ਸਿੰਘ ਦਾ ਨਾਰਾ ਲੈ ਕੇ ਇੱਥੇ ਆਈ ਸੀ ਵੀ ਅਸੀਂ ਚੋਰਾਂ ਨੂੰ ਫੜਾਂਗੇ, ਅਸੀਂ ਭਗਤ ਸਿੰਘ ਦਾ ਰਾਜ ਦੇਵਾਂਗੇ, ਅੱਜ ਅਸੀਂ ਭਗਵੰਤ ਮਾਨ ਆਮ ਆਦਮੀ ਦੇ MLA ਜਿਹੜੇ 92 ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਅਤੇ ਭਗਵੰਤ ਮਾਨ ਦੀ ਜੁੰਡਲੀ ਨੂੰ ਕੇਜਰੀਵਾਲ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅੱਜ ਪੰਜਾਬ 'ਚ ਹੋ ਕੀ ਰਿਹਾ। ਇਹ ਖੁਦ ਭਗਵੰਤ ਮਾਨ ਜ਼ਿੰਮੇਵਾਰ ਹੈ ਅਤੇ ਆਮ ਆਦਮੀ ਪਾਰਟੀ ਇਹ ਸਾਰਾ ਬਿੱਡ ਨਿਭਾ ਰਹੀ ਹੈ। ਇਹ ਭ੍ਰਿਸ਼ਟਾਚਾਰ ਹੋਰ ਵਧਿਆ ਹੋਇਆ ਪੰਜਾਬ ਦੇ ਵਿੱਚ, ਘਟਿਆ ਨਹੀਂ। ਜਿਉਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ, ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜੇ ਪੀੜਿਤ ਲੋਕ ਹੈ ਇਹਨਾਂ ਨੂੰ ਫੌਰੀ ਤੌਰ 'ਤੇ ਇਹਨਾਂ ਦੇ ਪੈਸੇ ਵਾਪਸ ਕਰਾਏ ਜਾਣ ਅਤੇ ਪੀੜਿਤ ਜਿਹੜੇ ਨਾ ਜ਼ਮੀਨ ਵੇਚ ਕੇ, ਸਿਆਉਣਾ ਵੇਚ ਕੇ, ਮੈਸਾਂ ਵੇਚ ਕੇ ਜਿਹੜੇ ਪੈਸੇ ਇਹਨਾਂ ਦੇ ਖਾਤੇ 'ਚ ਪਾਏ ਨੇ ਆਪਣੇ ਏਜੰਟਾਂ ਦੇ, ਉਹਨਾਂ ਪੀੜਿਤ ਲੋਕਾਂ ਨੂੰ ਇਹ ਪੈਸੇ ਹਰ ਹਾਲਤ ਦਵਾਏ ਜਾਣ। ਇਹ ਜਿਹੜੀਆਂ ਸ਼ਿਕਾਇਤਾਂ ਦੀ ਗੱਲ ਕਰਦੇ ਹਾਂ ਜੀ, ਇੱਥੇ ਨਾ ਕੋਈ ਅਦਾਲਤ ਸੁਣਦੀ ਹੈ, ਨਾ ਕੋਈ SSP ਸੁਣਦਾ। ਸਾਨੂੰ ਲੰਬੇ ਸਮੇਂ ਤੋਂ ਪਤਾ ਹੈ ਜਿਹੜਾ ਬਠਿੰਡੇ ਦਾ SSP ਹੈ ਜਾਂ ਇੱਥੋਂ ਦੇ ਵੱਡੇ ਅਧਿਕਾਰੀ ਨੇ, ਇਹਨਾਂ ਤੱਕ ਵੱਡੀਆਂ ਪੈਸੇ ਜਾਂਦੇ ਆ ਇਹਨਾਂ ਮੁਕਲ ਹੋਰਿਆਂ ਦੇ, ਇਹਨਾਂ ਦੀਆਂ ਵੱਡੀਆਂ ਠੱਗੀਆਂ ਮਾਰੀਆਂ ਹੋਈਆਂ। ਪ੍ਰਸ਼ਾਸਨ ਕੋਈ ਗੱਲ ਨਹੀਂ ਕਰਦਾ, ਪ੍ਰਸ਼ਾਸਨ ਆਉਂਦਾ ਵੀ ਦੱਸੋ ਜੀ ਅਸੀਂ ਪਰਚਾ ਦਰਜ ਕਰਦੇ ਹਾਂ, ਪਰਚਾ ਦਰਜ ਕਰਨਾ ਕੁਛ ਨਹੀਂ ਨਿਕਲਦਾ। ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਾਡੇ ਪੈਸੇ ਧਰਾਏ ਜਾਣ ਅਤੇ ਲੋਕਾਂ ਨਾਲ ਇਨਸਾਫ ਕੀਤਾ ਜਾਵੇ। ਜਿਹੜਾ ਭਗਵੰਤ ਮਾਨ ਕਹਿੰਦਾ ਵੀ ਮੈਂ ਲੋਕਾਂ ਦਾ, ਉਹ ਸਾਨੂੰ ਲੱਗਦਾ ਨਹੀਂ ਵੀ ਲੋਕਾਂ ਦਾ, ਉਹ ਭ੍ਰਿਸ਼ਟਾਚਾਰ ਹੋਰ ਵੱਧ ਰਿਹਾ ਜੇ ਨੱਥ ਪਾਈ ਜਾਵੇ ਜਿਹੜੇ ਲੋਕਾਂ ਨੇ ਅੱਜ ਤੱਕ ਠੱਗੀਆਂ ਮਾਰੀਆਂ। ਨਾਲ ਇੱਕ ਹੋਰ ਵੀ ਇਹਦਾ, ਇਹਨਾਂ ਨੇ ਨਾ PPR ਇਹ ਸੰਘਰਸ਼ਾਂ ਦਾ ਜਾਮ ਕੀਤਾ ਹੋਇਆ, ਮਜਬੂਰਨ ਜਾਮ ਕੀਤਾ, ਜਿੰਨਾ ਤੱਕ ਸਾਡੀ ਪ੍ਰਸ਼ਾਸਨ ਇੱਥੇ ਆ ਕੇ ਗੱਲ ਨਹੀਂ ਸੁਣਦਾ, ਅਸੀਂ ਬੈਠੇ ਹਾਂ ਜਾਮ ਲਾਈ, ਸਾਡੀਆਂ ਮਾਮਾ ਭੈਣਾਂ ਸਾਡੇ ਨਾਲ। ਠੀਕ ਹੈ, ਕਿਸਾਨਾਂ ਦਾ ਇੱਥੇ ਕਿਉਂ ਜਾਮ ਲਾਇਆ ਹੈਗਾ ਇਹਦੇ ਸੰਬੰਧ 'ਚ? ਹਾਲੇ ਤੱਕ ਮੇਰੇ ਖਿਆਲ 'ਚ ਇਹਨਾਂ ਨੂੰ ਮੈਂ ਪੁੱਛਿਆ ਵੀ ਕੋਈ ਦਰਖਾਸਤ ਮੇਰੇ ਖਿਆਲ ਥਾਣੇ ਜਾਂ ਕਿਸੇ ਅਫਸਰ ਦੇ ਪਾਸ ਪੈਂਡਿੰਗ ਨਹੀਂ ਹੈਗੀ, ਫਿਰ ਵੀ ਵੈਰੀਫਾਈ ਕਰਦੇ ਹਾਂ ਕਿ ਇਸ਼ੂ ਹੈਗਾ, ਟਰਾਈ ਕਰਦੇ ਹਾਂ ਸੋਲਵ ਕਰਨ ਦੀ। ਕੋਈ ਇਮੀਗ੍ਰੇਸ਼ਨ ਵਾਲੇ ਠੱਗੀ ਦੀ ਗੱਲ ਕੀਤੀ ਜਾ ਰਹੀ ਹੈ, ਕਾਫੀ ਸੈਂਟਰ ਨੇ ਇੱਥੇ। ਭਾਈ ਮੈਂ ਇਹਨਾਂ ਤੋਂ ਵੈਰੀਫਾਈ ਕਰਦਾ ਕੋਈ ਕੰਪਲੇਂਟ ਇਹਨਾਂ ਦਿੱਤੀ ਹੈਗੀ ਜਾਂ ਕਿਸ ਸਟੇਜ 'ਚ ਹੈਗੀ ਆ ਜੀ, ਜਾਂ ਕੋਈ ਪਰਚਾ ਦਰਜ ਹੋਇਆ, ਹਾਲੇ ਤਾਂ ਮੈਂ ਇਹਨਾਂ ਨਾਲ ਗੱਲ ਕਰ ਜਸਟ ਹਾਲੇ ਮੈਂ ਪਹੁੰਚ। ਠੀਕ, ਧਰਨਾ ਵੀ ਕਈ ਦਿਨਾਂ ਤੋਂ ਲੱਗਿਆ ਹੋਇਆ ਜੀ, 27 ਤਰੀਕ ਤੋਂ ਦੇਖੋ ਜੀ, 27 ਤਰੀਕ ਤੋਂ ਕਈ ਦਿਨਾਂ ਤੋਂ ਧਰਨਾ ਲੱਗਿਆ ਹੋਇਆ ਜੀ। ਉਹ ਯਾਰ ਮਨ ਦਾ ਐਵੇਂ ਰੌਲਾ ਪਾਉਣਾ, ਜੋ ਨਾ ਧਰਨਾ ਕਈ ਦਿਨਾਂ ਤੋਂ ਲੱਗਿਆ ਹੋਇਆ ਜੀ। ਨਹੀਂ ਜੀ, ਮੈਂ ਤਾਂ ਜੀ ਕੰਪਲੇਂਟ ਦੇਖਣਾ ਕੋਈ ਮੇਰੇ ਰਿਗਾਰਡਿੰਗ ਕੁਛ ਕਰਨ ਵਾਲੀ ਕਾਰਵਾਈ ਹੈ ਤਾਂ ਮੈਂ ਕਰਦਾ। ਠੀਕ ਹੈ, ਥੈਂਕ ਯੂ। ਆਪਣੀ ਅੱਖੀਂ ਦੇਖ।